ਚੱਕਰ ਲੱਗਾ ਸੀ ਬਲਜਿੰਦਰ ਭਾਈ ਉਹ ਕਿਸੇ ਵੇਲੇ ਨਾ ਸਟੇਟ ਸੀ ਕੋਈ ਸਿਸਟਮ ਨੀ ਸੀ ਸਮਾਜ ਨੂੰ ਵਧੀਆ ਬਣਾਉਣ ਦਾ ਜਿਹੜੇ ਸਿਆਣੇ ਬੰਦੇ ਸੀ ਜਿੰਨੀ ਕੁ ਉਹਨਾਂ ਨੂੰ ਨੌਲੇਜ ਸੀ ਉਹਦੇ ਹਿਸਾਬ ਨਾਲ ਡਰ ਦੇਣ ਲਈ ਉਹਨਾਂ ਨੇ ਇੱਕ ਸ਼ਕਤੀ ਦਾ ਘਾਟ ਉਹਦੀ ਘਾੜਨਾ ਕੀਤੀ ਆ ਠੀਕ ਹੈ ਜੀ ਠੀਕ ਹੈ ਉਸ ਸ਼ਕਤੀ ਨੂੰ ਕਿਸੇ ਨੇ ਦੇਵਤਾ ਕਿਹਾ ਕਿਸੇ ਨੇ ਕੁਛ ਕਿਹਾ ਠੀਕ ਹੈ ਉਹਨੂੰ ਰੱਬ ਕਹਿ ਕੇ ਉਹਨਾਂ ਨੇ ਮੜਿਆ ਹਾਂਜੀ ਠੀਕ ਆ ਵੀ ਲੋਕ ਇਸ ਡਰ ਦੇ ਨਾਲ ਕੰਮ ਕਰੀ ਜਾਣਗੇ ਉਹਨਾਂ ਦੀ ਹੋ ਸਕਦਾ ਨੀਅਤ ਜਿਹੜੀ ਆ ਠੀਕ ਹੋਵੇ ਠੀਕ ਹੈ ਪਰ ਉਹ ਅਪਗ੍ਰੇਡ ਹੁੰਦਾ ਗਿਆ ਸਾਰਾ ਕੁਛ ਹਾਂਜੀ ਸਿਸਟਮ ਬਣ ਗਿਆ ਹੁਣ ਉਹ ਸਟੇਟ ਨੇ ਜਿੰਮੇਵਾਰੀ ਚੱਕ ਲਈ ਆ ਹਾਂਜੀ ਠੀਕ ਹੈ ਹੁਣ ਸਟੇਟ ਨੂੰ ਜਦੋਂ ਕੋਈ ਬੱਚਾ ਇਸੇ ਤਰੀਕੇ ਨਾਲ ਆਪਣੀ ਉਮਰ ਤੋਂ ਵੱਡਾ ਹੋ ਕੇ ਹਾਂਜੀ ਵੀ ਇੱਦਾਂ ਸੋਚਦਾ ਹੋਵੇ ਹਾਂਜੀ ਸਟੇਟ ਨੇ ਤਾਂ ਇੱਦਾਂ ਦੀਆਂ ਮੀਜ਼ਰ ਲਾ ਦਿੱਤੀਆਂ ਆ ਵੀ ਜਦੋਂ ਕੋਈ ਬੱਚਾ ਪੜ੍ਹਦਾ ਆ ਨਾ ਹਾਂਜੀ ਉਹ ਕਹਿੰਦੇ ਵੀ ਇਹਦਾ ਪੜ੍ਹਾਈ ਦਾ ਲੈਵਲ ਇਸ ਈਅਰ ਦਾ ਆ ਹਾਂਜੀ ਹਾਂ ਇੱਥੇ ਤੱਕ ਆ ਗਿਆ ਹੁਣ ਇਹ ਜਿਹੜੀ ਕੰਪਰੀਹੈਂਸ਼ਨ ਆ ਨਾ ਜਿਹੜੇ ਸਵਾਲ ਕਰ ਰਿਹਾ ਆ ਹਾਂਜੀ ਜਿਹੜੀ ਕਰਿਓਸਟੀ ਆ ਇਹਦੇ ਅੰਦਰ ਹਾਂਜੀ ਇਹ ਹੈਗਾ 5 ਸਾਲ ਦਾ ਆ ਹਾਂਜੀ ਕਰਿਓਸਟੀ ਇਹਦੇ ਅੰਦਰ 7 ਸਾਲ ਤੱਕ ਦੀ ਡਿਵੈਲਪ ਹੋ ਚੁੱਕੀ ਆ ਹਾਂਜੀ ਇਹਦੇ ਲਿਖਣ ਦਾ ਲੈਵਲ ਆ ਆ ਹਾਂਜੀ ਇੱਦਾਂ ਮੇਜ਼ਰ ਲਾ ਲਿਆ ਉਹਨੀ ਤੇ ਹੁਣ ਦੱਸੋ ਵੀ ਜਿਹੜਾ ਬੰਦਾ 8 ਸਾਲ ਦਾ 10 ਸਾਲ ਦਾ 12 ਸਾਲ ਦਾ ਬੱਚਾ ਹੋ ਕੇ ਹਾਂਜੀ ਜੇ ਉਹ 4 ਸਾਲ ਦੇ ਬੱਚੇ ਵਾਂਗ ਸੋਚਦਾ ਹੋਵੇ ਹਾਂਜੀ ਤੇ ਸਟੇਟ ਨੂੰ ਫਿਕਰ ਨਾ ਪਊਗਾ ਪੂਰਾ ਪਊਗਾ ਜੀ ਬਿਲਕੁਲ ਤੇ ਅਸੀਂ ਉਹ ਮਾਨਤਾਵਾਂ ਆਪਣੀਆਂ ਦੇ ਕੇ ਜਿਹੜੀਆਂ ਮਨੁੱਖ ਦੀ ਬੁੱਧੀ ਦੇ ਵਿਕਾਸ ਨੂੰ ਗਿਰਾਵਟ ਵੱਲ ਨੂੰ ਲੈ ਕੇ ਜਾਂਦੀਆਂ ਧਰਮ ਦੇ ਨਾਂ ਤੇ ਜਦੋਂ ਅਸੀਂ ਬੱਚਿਆਂ ਨੂੰ ਦੇਵਾਂਗੇ ਆਪਣੇ ਕਥਾਕਾਰਾਂ ਦੇ ਰਾਹੀਂ ਜਿਹੜੇ ਅਨਪੜ੍ਹ ਸਾਡੇ ਢਾਡੀ ਰਾਗੀ ਕਥਾਕਾਰ ਆ 4-4, 6-6 ਕਲਾਸਾਂ ਪੜ੍ਹੇ ਉਹ ਬੰਦੇ ਆ ਉਹਨਾਂ ਨੂੰ ਕੀ ਪਤਾ ਮਨੁੱਖੀ ਦਿਮਾਗ ਨੂੰ ਕਿੱਦਾਂ ਘੜਨਾ ਉਹ ਤਾਂ ਡਰਾਵੇ ਦੇ ਕੇ ਸਾਨੂੰ ਉਹਨਾਂ ਦੀ ਵਡਿਆਈ ਦੱਸ ਕੇ ਸਾਡੇ ਤੇ ਪ੍ਰੈਸ਼ਰ ਪਾ ਰਹੇ ਆ ਤੇ ਉਹ ਤੁਸੀਂ ਮੰਨੋ ਪੇ ਮਹਾਨ ਸੀਗੇ ਆਹ ਦੇਖੋ ਤਾਂ ਉਹਨੇ ਤਾਂ ਰੋਜੀ ਰੋਟੀ ਫਲਾਣੇ ਨੇ ਫਲਾਣੇ ਦਾ ਬੱਚਾ ਨਹੀਂ ਸੀ ਹੁੰਦਾ ਉਹਨਾਂ ਕੇ ਅਰਦਾਸ ਕੀਤੀ ਉਹਦੇ 3 ਮੁੰਡੇ ਹੋ ਗਏ ਮੰਨੋ ਤੁਸੀਂ ਵੀ ਮਹਾਨ ਸੀਗੇ ਉਹ ਹੁਣ ਸਵਾਲ ਇਹ ਆ ਵੀ ਉਹਨਾਂ ਦੀ ਸਿੱਖਿਆ ਕਿਹੜੀ ਆ ਉਹ ਸਿੱਖਿਆ ਅੱਜ ਸਾਡੇ ਲਈ ਕਾਰਗਰ ਕਿੱਦਾਂ ਆ ਉਹ ਦੱਸੋ ਸਾਨੂੰ ਠੀਕ ਹੈ ਜੀ ਤੇ ਹੁਣ ਦੱਸਣ ਲਈ ਜਦੋਂ ਮਨੁੱਖੀ ਦਿਮਾਗ ਦੀ ਗੱਲ ਆਉਣੀ ਆ ਨਾ ਤੇ ਉੱਥੇ ਦਿਮਾਗੀ ਮਾਰ ਚਾਹੀਦਾ ਜਿਹੜਾ ਸਮਝਦਾ ਹੋਵੇ ਇਸ ਗੱਲ ਨੂੰ ਵੀ ਇਹ ਗੱਲਾਂ ਦੇ ਅਸਰ ਏਦਾਂ ਹੁੰਦੇ ਆ ਇਹਨਾਂ ਗੱਲਾਂ ਨਾਲ ਲੋਕ ਤਰੱਕੀ ਕਰਨ ਦੀ ਬਜਾਏ ਡਰ ਜਾਂਦੇ ਆ ਦਹਿਲ ਪੈ ਜਾਂਦਾ ਆਹ ਧਮਕੀ ਨੀ ਦੇਣੀ ਕਿਸੇ ਨੂੰ ਕੰਪੇਅਰ ਨਹੀਂ ਕਰੀਦਾ ਕਿਸੇ ਪਰਸਨੈਲਿਟੀ ਦੇ ਨਾਲ ਨਹੀਂ ਜੀ ਜਦੋਂ ਤੁਸੀਂ ਬਾਰ ਬਾਰ ਕਿਸੇ ਦਿਮਾਗ ਨੂੰ ਇਹ ਕਹਿੰਦੇ ਨਾ ਵੀ ਦੇਖ ਉਹ ਕਿੰਨਾ ਅੱਗੇ ਵੱਧ ਗਿਆ ਦੇਖ ਕਹਿੰਦਾ ਨਾ ਬੱਚਾ ਕਿਸੇ ਬਾਪ ਨੇ ਗੱਲ ਕੀਤੀ ਹੋਮਵਰਕ ਲਈ ਅੱਛਾ ਜੀ ਤੇ ਆਪ ਉਹਨੂੰ ਜਦੋਂ ਹੁਣ ਬੱਚੇ ਨੇ ਹੋਮਵਰਕ ਨਾ ਕੀਤਾ ਹਾਂਜੀ ਉਹ ਕਹਿੰਦਾ ਭਾਈ ਮੈਂ ਜਦੋਂ 13 ਉਮਰ ਦਾ ਸੀ ਹਾਂਜੀ ਤੇ ਮੈਂ ਇੱਦਾਂ ਕਰਦਾ ਹੁੰਦਾ ਸੀ ਠੀਕ ਹੈ ਮੁੰਡਾ ਕਹਿੰਦਾ ਵੀ ਅਬਰਾਹਮ ਲਿੰਕਨ ਜਦੋਂ 13 ਉਮਰ ਦਾ ਸੀ ਰਾਸ਼ਟਰਪਤੀ ਬਣ ਗਿਆ ਸੀ ਤੇ ਤੂੰ ਇੱਥੇ ਬੜੇਵੇਂ ਪੱਟੀ ਜਾਣਾ ਕੀ ਜਵਾਬ ਦਓਗੇ ਤੁਸੀਂ ਔਰ ਅਜੇ ਤਾਂ ਅਸੀਂ ਆਗਿਆਕਾਰੀ ਬਣਾਇਆ ਆ ਨਾ ਅਜੇ ਬੱਚੇ ਸਾਡੇ ਬਰਾਬਰ ਖੜੇ ਨਹੀਂ ਖੜੇ ਠੀਕ ਹੈ ਸਾਡੇ ਤਾਂ ਨਿਊਜ਼ ਬਣ ਜਾਂਦੀ ਆ ਜੇ ਬੱਚਾ ਸਾਡਾ ਕੋਈ ਕਹਿ ਦੇਵੇ ਵੀ ਡੈਡ ਯੂ ਆਰ 2 ਫੇਸਿਸ ਹਾਂਜੀ ਠੀਕ ਹੈ ਅਸੀਂ ਸਾਡੇ ਤਾਂ ਖਬਰ ਉੱਡ ਜਾਂਦੀ ਆ ਸਮਾਜ ਦੇ ਵਿੱਚ ਦੁਨੀਆਂ ਚ ਲਾਲਾ ਹੋ ਜਾਂਦੀ ਆ ਤੇ ਫਲਾਣੇ ਦੇ ਬੱਚੇ ਨੇ ਇੱਦਾਂ ਕਹਿਤਾ ਬਾਪ ਨੂੰ ਆਪਣੇ ਜੀ ਠੀਕ ਹੈ ਉੱਥੇ ਰਹਿ ਰਹੇ ਜੀ ਬਹੁਤ ਫਰਕ ਆ ਬਿਲਕੁਲ ਜੀ ਸਾਡਾ ਤਾਂ ਬਹੁਤ ਪਿੱਛੇ ਆ ਹਜੇ ਤਾਂ ਸਾਡਾ ਟਾਈਮ ਪਾਸ ਇਹਨਾਂ ਪਾਸ ਗੱਲਾਂ ਦੇ ਪਿੱਛੇ ਲਾਇਆ ਜਾ ਰਿਹਾ ਜਿਹੜੇ ਨਾ ਪ੍ਰਚਾਰਕ ਵਰਗ ਹੈ ਸਾਰਾ ਦਾ ਸਾਰਾ ਇਹਨਾਂ ਦੀ ਤਾਂ ਹੈਗੀ ਮਜਬੂਰੀ ਹਾਂਜੀ ਕਿਉਂਕਿ ਜੇ ਇਸ ਚੀਜ਼ ਤੋਂ ਆਪਣੇ ਆਪ ਨੂੰ ਉੱਤੇ ਚੱਕਣਗੇ ਤਾਂ ਉਹਦੇ ਲਈ ਇਹਨਾਂ ਦੀ ਆਪਣੀ ਜਿਹੜੀ ਦਿਮਾਗੀ ਪੱਧਰ ਇੰਨਾ ਵਿਕਸਿਤ ਨਹੀਂ ਹੋ ਜਾਗਾ ਵੀ ਉਹ ਦੂਸਰੀਆਂ ਗੱਲਾਂ ਇਸ ਸਟੇਜ ਤੇ ਬੈਠ ਕੇ ਕਰ ਸਕਦੇ ਹੋਣ ਨਾ ਜੀ ਤੇ ਜੇ ਇਹਨਾਂ ਨੂੰ ਛੱਡਦੇ ਆ ਤਾਂ ਰੁੱਝੀ ਮਰਦੀ ਹੈ ਹਾਂਜੀ ਆਮ ਬੰਦੇ ਦੀ ਕੋਈ ਮਜਬੂਰੀ ਨਹੀਂ ਗੀ ਉਹ ਉਹਨੂੰ ਆਵਾਜ਼ ਜਿਹੜੀ ਇਸ ਗੱਲ ਦੇ ਲਈ ਬੁਲੰਦ ਕਰਨੀ ਪੈਣੀ ਹੈ ਜੇ ਤੁਸੀਂ ਕਹੋ ਵੀ ਸਾਨੂੰ ਹੁਣ ਮਿਸ਼ਨਰੀ ਜਾਂ ਪੰਥ ਪ੍ਰੀਥਰ ਇਹ ਸਮਝਾਉਣਗੇ ਉਹ ਕਾਹਤੇ ਸਮਝਾਉਣਗੇ ਯਾਰ ਅਗਲੇ ਰੋਜੀ ਮਰ ਜਾਣੀ ਜਿੱਦਾਂ ਸਮਝਾਤੀ ਉਹਨਾਂ ਨੇ ਅਸੀਂ ਉਹਨਾਂ ਤੇ ਬੈਠੇ ਆ ਹੁਣ ਉਹਨਾਂ ਨੂੰ ਮੌਜ ਲੱਗ ਗਈ ਉਹ ਕਹਿੰਦੇ ਸੰਗਤ ਦਾ ਲੈਵਲ ਨਹੀਂ ਹੈ ਜੇ 20 ਸਾਲ ਲੱਗਣੇ ਆ ਕੱਲ ਵੀ ਨਾ ਵੀਰੇ ਉਹਨਾਂ ਨੇ ਪ੍ਰੋਗਰਾਮ ਚ ਗੱਲ ਕੀਤੀ ਨਾ ਮੈਨੂੰ ਬਹੁਤ ਵਧੀਆ ਲੱਗਿਆ ਉਹ ਕਹਿੰਦੇ ਵੀ ਹੁਣ ਦੇਖੋ ਪਹਿਲਾਂ ਤਾਂ ਇਹ ਕਹਿੰਦੇ ਸੀ ਸੰਗਤ ਦਾ ਹਜੇ ਲੈਵਲ ਨੀ ਠੀਕ ਹੈ 20 ਸਾਲ ਤੋਂ ਆਹੀ ਮਤਲਬ ਮਿੱਠੀ ਗੋਲੀ ਦਿੱਤੀ ਜਾ ਰਹੀ ਸੀ ਵੀ ਹੁਣ ਜਿਹੜੀ ਗੱਲ ਭਾਈ ਰਣਜੀਤ ਸਿੰਘ ਕਰ ਰਹੇ ਆ ਮਤਲਬ ਉਹਨਾਂ ਨੇ ਜਿਹੜੀ ਲੈਵਲ ਤੇ ਉਹ ਗੱਲ ਕਰ ਰਹੇ ਆ ਉਸ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਘੱਟੋ ਘੱਟ 2 ਬੰਦੇ ਹੋਣੇ ਚਾਹੀਦੇ ਮੇਰੇ ਖਿਆਲ ਨਾਲ ਇਦੋਂ ਵੱਧ ਨੀ 2 ਬੰਦੇ ਬੈਠ ਕੇ ਉਹਨਾਂ ਨੂੰ ਸੁਣਨ ਤੇ ਉਹਨਾਂ ਵਿੱਚੋਂ ਮਤਲਬ ਜੇ ਪ੍ਰਚਾਰਕ ਵੀ ਬੈਠੇ ਇਹਨਾਂ ਦੇ ਵੀ ਸਿਰ ਤੋਂ ਲੰਘ ਜੇ ਜਾਂ ਇੰਨੀ ਬਲੰਟ ਗੱਲ ਜਿਹੜੀ ਉਹ ਕਹਿ ਰਹੇ ਆ ਫਿਰ ਵੀ ਲੋਕੀ ਸੁਣ ਰਹੇ ਆ ਐਕਚੁਲੀ ਲੋਕਾਂ ਨੂੰ ਗੱਲ ਲੋਕ ਜਿਹੜੇ ਸੁਣਨ ਵਾਲੇ ਆ ਜਿਹੜੇ ਇਹਨਾਂ ਨਾਲ ਨਹੀਂ ਸਹਿਮਤ ਨਹੀਂ ਸੀ ਜਾਂਦੇ ਹੁਣ ਜਿਹਨਾਂ ਨੂੰ ਲੱਗਦਾ ਵੀ ਹਾਂ ਸਾਡੀ ਜਿੰਮੇਵਾਰੀ ਬਣਦੀ ਆ ਜਿਹੜੀ ਯੰਗ ਜਨਰੇਸ਼ਨ ਆ ਉਹ ਜਾਂਦੀ ਆ ਸੁਣਨ ਉਹਨਾਂ ਨੂੰ ਕਿਉਂ ਸੁਣਨ ਜਾਂਦੀ ਆ ਫਿਰ ਇਹ ਕਿਉਂ ਨੀ ਕਰ ਸਕਦੇ ਤਕਲੀਫ ਵੀ ਇਹੀ ਆ ਨਾ ਜਦੋਂ ਉਹਨਾਂ ਨੂੰ ਇਹ ਲੱਗਦਾ ਸੀ ਜੇ ਲੋਕਾਂ ਨੇ ਇਹ ਸੁਣੀ ਲੈਣਾ ਸੀ ਤਾਂ ਅਸੀਂ ਸੁਣਾ ਦਿੰਦੇ ਪਰ ਹਰ ਵਾਰੀ ਇਹਨਾਂ ਨੂੰ ਪਛੜਿਆ ਮਹਿਸੂਸ ਕਰਕੇ ਉਹਦੇ ਵਿੱਚੋਂ ਨਿਕਲਦੀਆਂ ਸਾਰੀਆਂ ਗੱਲਾਂ
ਗਲਤੀਆਂ ਬੰਦਾ ਗਲਤੀਆਂ ਲੱਭਣ ਲੱਗਿਆ ਹੋਇਆ ਭਾਈ ਰਣਜੀਤ ਸਿੰਘ ਦੀਆਂ ਤੇ ਗਲਤੀਆਂ ਠੀਕ ਆ, ਮੰਨ ਲਓ ਵੀ ਕੋਈ ਗਲਤੀ ਕਹਿਤੀ ਉਹਨਾਂ ਨੇ, ਪਰ ਜਿਹੜੀ ਇਹ ਗਲਤੀ ਲੱਭਦੇ ਵੀ ਆ ਮਤਲਬ ਉੱਥੋਂ ਸਾਨੂੰ ਸਟੈਂਡਰਡ ਨੀ ਪਤਾ ਲੱਗਦਾ ਇਹਨਾਂ ਦੀ ਸੋਚ ਦਾ ਪੱਧਰ ਕਿੱਥੇ ਖੜਾ, ਕਿੰਨੀ ਕੁ ਸਮਝ ਆਈ ਇਹਨਾਂ ਨੂੰ ਗੱਲ ਹੋਈ ਆ। ਕਿਸੇ ਨੇ ਫੋਟੋ ਸ਼ੇਅਰ ਕੀਤੀ ਆ ਜੀ, ਅੱਛਾ ਜੀ, ਭਈ ਉਹ ਉਹਦੇ ਉੱਤੇ ਪੰਥਪ੍ਰੀਤ ਕਿਸੇ ਸਟੇਜ ਦੇ ਉੱਤੇ ਖੜਾ ਆ, ਹਾਂਜੀ, ਤੇ ਇੱਕ ਬੰਦੇ ਦੇ ਹੱਥ ਚ ਮਾਈਕ ਆ, ਨਾਲ ਹੋਰ ਸੰਗਤ ਖੜੀ ਆ, ਤੇ ਉੱਤੇ ਅਗਲੇ ਨੇ ਲਿਖਿਆ ਅੱਜ ਦਾ ਮਤਾ, ਕਹਿੰਦੇ ਮਾਝੀ ਤੇ ਢਪਾਲੀ ਦੀ ਬੱਖੀ ਚ ਲੱਤ ਮਾਰ ਕੇ ਭਾਈ ਪੰਥਪ੍ਰੀਤ ਸਿੰਘ ਨੇ ਲਹਿਰ ਤੋਂ ਕੀਤਾ ਬਾਹਰ, ਠੀਕ ਆ ਜੀ, ਹਾਂਜੀ, ਅੱਛਾ ਜੀ, ਇਹ ਤਾਂ ਹੋਣਾ ਹੀ ਸੀ ਉਦਾਂ, ਇਹ ਤਾਂ ਜਿੱਦਣ ਜ਼ਮੀਨ ਲਈ ਆ ਨਾ ਪੰਥਪ੍ਰੀਤ ਨੇ ਉਦਣ, ਕਿਉਂਕਿ ਹੋਣਾ ਇਹ ਚਾਹੀਦਾ ਸੀ ਭੀ ਪੰਥਪ੍ਰੀਤ ਮਾਝੀ ਢਪਾਲੀ ਇਹ ਬੰਦੇ ਸਾਰੇ ਕਿਸੇ ਸਟੇਜ ਤੇ ਬੈਠੇ ਹੁੰਦੇ, ਕੋਈ ਵੱਡਾ ਦੀਵਾਨ ਲੱਗਦਾ, ਸਿੱਖੀ ਲਹਿਰ ਦੀ ਇੱਕ ਮੀਟਿੰਗ ਬੁਲਾਈ ਜਾਂਦੀ, ਉਹਦੇ ਵਿਚ ਅਨਾਉਂਸਮੈਂਟ ਹੁੰਦਾ, ਠੀਕ ਆ, ਸਿੱਖੀ ਜਿਹੜੀ ਗੁਰਮਤ ਸੇਵਾ ਲੈ ਰਿਹਾ ਇਹ ਹੁਣ ਇਸ ਪਾਸੇ ਨੂੰ ਚੱਲੀ ਆ, ਵੀ ਆਪਾਂ ਸੰਸਥਾ ਖੋਲਣ ਲੱਗੇ ਆ, ਉਹਦਾ ਅਸੀਂ ਜਲਦੀ ਅਨਾਉਂਸ ਕਰਾਂਗੇ ਕਿ ਟਰਸਟ ਬਣੂਗਾ, ਉਹਦੇ ਜਿੰਮੇ ਉਹਦੇ ਚ ਮੁੱਖ ਬੁਲਾਰਾ ਮਾਝੀ ਹੋਊਗਾ, ਹਨਾ, ਫੇਰ ਫਲਾਨੀ ਜਿੰਮੇਵਾਰੀ ਇਹਦੀ ਹੋਊਗੀ, ਇਹਦੇ ਖਜ਼ਾਨਚੀ ਫਲਾਨਾ ਜੀ ਹੋਣਗੇ, ਇੱਦਾਂ ਇੱਦਾਂ ਅਨਾਉਂਸਮੈਂਟ। ਜਿਹੜੀ ਚੁੱਪ ਚ ਪੀਤੇ ਜਾ ਕੇ ਜ਼ਮੀਨ ਲੈ ਕੇ ਉਨੀ ਪੱਥਰ ਰੱਖ ਦਿੱਤਾ ਨਾ, ਉਹ ਪੱਕਾ ਜਿਹੜਾ ਸ਼ੈਂਟੀ ਆ ਨਾ, ਸ਼ੈਂਟੀ ਦੇ ਲਈ ਆਪਣੀ ਸ਼ੈਂਟੀ ਦਾ ਫਿਊਚਰ ਜਿਹੜਾ ਨਾ, ਹੁਣ ਇਹ ਬੰਦੇ ਹੁਣ ਜਿਹੜੇ ਉਹ ਵੀ ਗੁਰਮਤ ਸੇਵਾ ਲਹਿਰ ਵਾਲੇ ਵੀ ਆ, ਜਿਹੜੇ ਜਿਨ੍ਹਾਂ ਨੂੰ ਹਰ ਵਾਰੀ ਆ ਕੇ ਉਹ ਕਹਿੰਦੇ ਭਾਈ ਤੁਹਾਡਾ ਨਹੀਂ ਆਇਆ 1500 ਰੁਪਈਆ, ਜਿੰਨਾ ਵੀ ਲੈਂਦੇ ਨੇ ਇਹ ਲਹਿਰ ਵਾਲੇ, ਹੁਣ ਉਹ ਵੀ ਸੋਚਣਗੇ ਭਾਈ ਅੱਛਾ ਵੀ ਕਿਸ਼ਤ ਉੱਥੋਂ ਟੁੱਟਦੀ ਸੀ, ਜਿਹੜਾ 1.5 ਕਰੋੜ ਦਾ ਲੈਣਾ ਸੀ, 5 ਕਰੋੜ ਦਾ ਬਣਾਉਣਾ ਸੀ, ਉਹਦੀ ਕਿਸ਼ਤ ਟੁੱਟਦੀ ਹੈ ਜੋ ਗੁਰਮਤ ਸੇਵਾ ਲਹਿਰ ਕਹਿੰਦੇ ਆ, ਠੀਕ ਹੈ, ਕੱਲੀ ਗੁਰਮਤ ਸੇਵਾ ਲਹਿਰ ਕਿੱਥੇ, ਉਹ ਤਾਂ ਜਿਹੜਾ ਜਹਾਜ਼ ਤੇ ਜਾਣ ਦਾ ਪੈਟਰੋਲ ਦਾ ਖਰਚਾ ਲੈਂਦੇ ਰਹੇ, ਆਉਣ ਜਾਣ ਦਾ ਬਾਹਰਲੇ ਮੁੱਖਾਂ ਉਹਦੇ ਨਾਲ ਪੂਰਾ ਇਹਨਾਂ ਨੇ ਜਿਹੜੇ ਰੰਗ ਭਾਗ ਲੱਗੇ ਆ ਸਾਰੇ ਦੇ ਸਾਰੇ। ਹੁਣ ਇਸ ਚੀਜ਼ ਦਾ ਤਾਂ ਦੇਖੋ, ਅੱਜ ਨੀ ਤਾਂ ਕੱਲ, ਪੰਥਪ੍ਰੀਤ ਦਾ ਤਾਂ ਬਹੁਤ ਮਤਲਬ ਇਹ ਨੀ ਗਾ ਵੀ ਅਸੀਂ ਉਹਨੂੰ ਸੁਣ ਕੇ ਗੱਲ ਕਹਿ ਰਹੇ, ਇਸ ਤਾਂ ਨਾਲ ਵਿਚਰ ਕੇ ਦੇਖਿਆ ਉਹ ਬੰਦੇ ਦਾ ਲੈਵਲ ਕਿੰਨਾ, ਕਿਸ ਲੈਵਲ ਤੇ ਜਿਹੜਾ ਸਟੈਂਡ ਕਰਦਾ, ਉਹਦੇ ਚ ਕੋਈ ਸ਼ੱਕ ਨੀ ਗਾ। ਪਰ ਜਿਹੜੀ ਜ਼ਰੂਰਤ ਹੈਗੀ ਆ ਸਾਨੂੰ, ਜਿਹੜੀ ਆ ਸਭ ਤੋਂ ਇੰਪੋਰਟੈਂਟ ਗੱਲ ਇਹ ਆ, ਇਹੀ ਆ ਕਿ ਉਹਨਾਂ ਦੇ ਆਸਰੇ ਨੀ ਅਸੀਂ ਲੈ ਸਕਦੇ, ਜੇ ਸਾਨੂੰ ਤਾਂ ਆਪਣਾ ਵਿਕਾਸ ਖੁਦ ਕਰਨਾ ਪੈਣਾ, ਅਸੀਂ ਚਾਹੁੰਦੇ ਹਾਂ ਕੁਛ ਹੋਣਾ, ਨਹੀਂ ਤਾਂ ਇੱਦਾਂ ਵੀ ਖੇਡ ਆ ਉਹ ਖੜਾਈ ਜਾਣਗੇ। ਆਪਣੇ ਠੀਕ ਆ ਜੀ, ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿੰਦਾ, ਜਦੋਂ ਨਾ ਇੱਥੇ 2016 ਚ ਧੁੰਦਾ ਜੀ ਨੇ ਆਪਣੇ ਕੋਲ ਆਉਣ ਤੋਂ ਜਵਾਬ ਦਿੱਤਾ, ਹਾਂਜੀ, ਚਲੋ ਉਹ ਤਾਂ ਸਾਡੇ ਮੇਰੇ ਨਾਲ ਤਾਂ ਇਨਡਾਇਰੈਕਟਲੀ ਗੱਲ ਜਿਹੜੀ ਉਦੋਂ ਹੋਈ ਸੀ, ਪਰ ਉਹਨੇ ਦੂਜੇ ਪਾਸੇ ਜਿਨ੍ਹਾਂ ਨਾਲ ਗੱਲ ਹੋਈ ਹੈ ਨਾ ਆਫ ਏਅਰ ਉਹਦੀ, ਹਾਂਜੀ, ਕਿਤੇ ਫੋਨ ਤੇ, ਉਹਦੇ ਚ ਉਹਨੇ ਸਪਸ਼ਟ ਕਿਹਾ ਭੀ ਅਸੀਂ ਇੱਦਾਂ ਕਿੱਦਾਂ ਜਾ ਸਕਦੇ ਸੀ, ਉਹ ਜਦੋਂ ਪੰਥਪ੍ਰੀਤ ਹੋਣਾ ਬਾਰੇ, ਮਾਝੀ ਹੋਣਾ ਬਾਰੇ ਰੇਡੀਓ ਤੇ ਇੱਦਾਂ ਬੋਲਦੇ ਤੇ ਲਿਖਦੇ ਆ, ਹੁਣ ਉਹ ਧੁੰਦੇ ਨੂੰ ਪੁੱਛ ਲਿਓ ਭਾਈ ਭੀ ਜਿਹੜਾ ਪੰਥਪ੍ਰੀਤ ਮਾਝੀ ਢਪਾਲੀ ਦਾ ਸਖਾ ਨੀ ਹੋਇਆ, ਹਾਂਜੀ, ਤੈਨੂੰ ਪਤਾ ਨੀ ਸੀ, ਜਾਣੀ ਮੈਂ ਤਾਂ ਚਾਹੁੰਦਾ ਧੁੰਦੇ ਨਾਲ ਕਿਤੇ ਜਦੋਂ ਗੱਲ ਹੋਵੇ ਨਾ ਉਹਨੂੰ ਪੁੱਛਾਂ, ਹਾਂਜੀ, ਭੀ ਤੂੰ ਮੈਨੂੰ ਨੀ ਪਤਾ ਭੀ ਗੁਰੂ ਬਾਰੇ ਕਿੱਦਾਂ ਆ, ਭੀ ਤੂੰ ਆਪਣੇ ਮੁੰਡੇ ਦੀ ਸਹੁੰ ਖਾ ਕੇ ਦੱਸ, ਭੀ ਜਦੋਂ ਤੂੰ ਸਾਨੂੰ ਜਵਾਬ ਦਿੱਤਾ, ਹਾਂਜੀ, ਤੈਨੂੰ ਪਤਾ ਨੀ ਸੀ ਭੀ ਪੰਥਪ੍ਰੀਤ ਜਿਹੜਾ ਤੁਹਾਡੇ ਡੰਗ ਮਾਰਨੇ ਵਾਲਾ ਸੱਪ ਆ, ਉਹ ਤੋਂ ਹਫਤਾ ਪਹਿਲਾਂ ਧੁੰਦੇ ਨੇ ਆਪਣੀ ਜਵਾਨੀ ਮੈਨੂੰ ਕਿਹਾ ਸੀ, ਕਹਿੰਦਾ ਭੀ ਮਾਝੀ ਜਿੰਨਾ ਕਮੀਣਾ ਨੀ ਲੱਭਣਾ ਕੋਈ ਵੀ, ਭੀ ਇਨ ਫਲਾਨੇ ਪਿੰਡ ਦੀਵਾਨ ਦੇ ਵਿਚ ਕਿਹਾ ਭੀ ਜਿੱਦਾਂ ਸਾਨੂੰ ਗੁਰਦੁਆਰਾ ਸੁਧਾਰ ਲਹਿਰ ਵੇਲੇ ਮਹੰਤਾਂ ਨੂੰ ਕੱਢਣਾ ਪਿਆ ਸੀ ਨਾ, ਏਦਾਂ ਹੀ ਕਹਿੰਦਾ ਮਿਸ਼ਨਰੀਆਂ ਨੂੰ ਕੱਢਣਾ ਪਊਗਾ ਸਾਨੂੰ ਸੰਗਤ ਦੇ ਵਿਚ। ਇਹ ਗੱਲ ਮੈਨੂੰ ਧੁੰਦੇ ਨੇ ਆਪਣੀ ਜਵਾਨੀ ਦੱਸੀ ਸੀ, ਉਹ ਦੱਸਣ ਤੋਂ ਬਾਅਦ ਜਦੋਂ ਮੈਂ ਪੋਸਟ ਪਾਤੀ ਤੇ ਮੁੜ ਕੇ ਫਿਰ ਕਹਿੰਦਾ ਤੁਸੀਂ ਉਹਨਾਂ ਬਾਰੇ ਕਰੀ ਜਾਂਦੇ ਹੋ, ਸਾਹਮਣੇ ਕਰਤੀ ਨਾ ਗੱਲ, ਉਹ ਤਾਂ ਬਸ ਫਿਰ ਨਹੀਂ, ਮੈਂ ਉਹ ਗੱਲ ਕਹੀ ਨੀ ਸੀ ਜਾਣੀ ਗੱਲ, ਠੀਕ ਆ, ਮੈਂ ਉਦਾਂ ਪੋਸਟ ਪਾਤੀ ਸੀ, ਅੱਛਾ ਅੱਛਾ, ਠੀਕ ਆ, ਤੂੰ ਨਾਲੇ ਇਹ ਥੋੜੀ ਵੀ ਤੇਰੇ ਕੋਲ ਉਹ ਗੱਲ ਕਹੀ ਆ ਉਹਨੇ, ਜੇ ਤਾਂ ਤੈਨੂੰ ਫੋਨ ਤੇ ਕਹੀ ਹੋਵੇ ਤੇ ਮੈਨੂੰ ਦੱਸ ਦਿੱਤੀ, ਮੈਂ ਪਬਲਿਕ ਕਰਤੀ, ਫੇਰ ਤਾਂ ਤੂੰ ਕਹਿ ਗੱਲ ਯਾਰ ਮੇਰੇ ਨਾਲ ਇਕੱਲੇ ਨਾ, ਜਦੋਂ ਉਹਨੂੰ ਸੰਗਤ ਵਿਚ ਕਹੀ ਆ ਫੇਰ ਤੈਨੂੰ ਕਾਹਤੇ ਡਰਿਆ, ਨਾਲੇ ਉਹਨੂੰ ਜਵਾਬ ਸਾਰੇ ਪਾਸੇ ਬਣਾ ਕੇ ਵੀ ਰੱਖਣੀ ਆ ਨਾ, ਫਿਰ ਤੁਸੀਂ ਤੁਸੀਂ ਕਹਿੰਦੇ ਮੌਤ ਤੋਂ ਨੀ ਡਰਦੇ, ਸਿਰ ਅਸੀਂ ਏਦਾਂ ਲਾ ਦਿਆਂਗੇ, ਤੁਸੀਂ ਕਹੋ ਤਾਂ ਠੋਕ ਕੇ, ਜਦੋਂ ਮਾਝੀ ਤੈਨੂੰ ਕਹੂਗਾ ਫੋਨ ਕਰੂਗਾ, ਤੂੰ ਕਹਿ ਭੀ ਭਾਈ ਤੂੰ ਲਿਆ ਮੈਂ ਫੋਨ ਲਾਉਣਾ ਹਰਨੇਕ ਨੂੰ ਗੱਲ ਕਰੂ ਨਾ ਜਰਾ, ਉਹ ਤਾਂ ਤੇਰੀਆਂ ਬਹੁਤ ਗੱਲਾਂ ਕਹਿੰਦਾ ਮੈਨੂੰ, ਅਸੀਂ ਆਪੇ ਜਵਾਬ ਦੇ ਦਿੰਦੇ, ਤੁਹਾਨੂੰ ਕੀ ਲੋੜ ਸੀ ਮਾਈ ਭਾਈ, ਠੀਕ ਆ, ਬਸ ਇੰਨਾ ਕ ਇੰਨੇ ਕ ਇਹ ਹੈਗੇ ਆ ਇਹਨਾਂ ਦੀ ਸੋਚ, ਜਿਹੜੀ ਜਿਹੜਾ ਬੰਦਾ ਇਹ ਸੋਚਦਾ ਭੀ ਇਹਨਾਂ ਦੇ ਰਾਹੀਂ ਕੁਛ ਤੁਸੀਂ ਹੋਰ ਕੱਢ ਲਉਂਗੇ, ਵਹਿਮ ਆ ਤੁਹਾਡਾ ਭਾਈ, ਸਾਨੂੰ ਤਾਂ ਦੇਖੋ ਦੱਸਿਆ ਮਤਲਬ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨੀ ਕਹਿੰਦੇ, ਹੁਣ ਇਹ ਬੰਦੇ ਆਪਣਾ ਜਿਹੜੇ ਬੰਦਿਆਂ ਤੋਂ ਜਿਹੜੇ ਬੰਦਿਆਂ ਨੂੰ ਪਤਾ ਇਹਨਾਂ ਨੂੰ ਕਮੀਨੇ ਆ ਉਹਨਾਂ ਦਾ ਸਾਥ ਵੀ ਨਹੀਂ ਛੱਡ ਸਕਦੇ, ਜਿਹੜਾ ਮਾੜਾ ਮੋਟਾ ਪਤਾ ਨੀ 2-4% ਨੂੰ ਫਾਇਦਾ ਹੁੰਦਾ ਕਿ ਨਹੀਂ ਹੁੰਦਾ, ਉਹ ਵੀ ਤਿਆਗਣ ਨੂੰ ਤਿਆਰ ਨਹੀਂ ਆਪਣਾ, ਜਾਣੀ ਆਹ ਹੈਰਾਨੀ ਦੇਖ ਲਓ ਭੀ ਪੰਥਪ੍ਰੀਤ ਨੇ ਦਰਕਾਰਨ ਤੋਂ ਬਾਅਦ
ਅਜੇ ਵੀ ਮਾਝੀ ਟਪਾਲੀ ਦੀ ਜਵਾਨ ਸੜ ਜਾਏ ਪੀ ਤੁਸੀਂ ਪਬਲਿਕ ਲਈ ਕਹਿ ਦਿਓ ਤਾਂ ਉਦਾਂ ਹੀ ਕਹਿ ਦਿਓ ਪੀ ਭਾਈ ਅਸੀਂ ਆਪਣਾ ਕੰਮ ਲੱਗੇ ਕਰਨ ਪੀ ਸਾਡਾ ਪ੍ਰਚਾਰ ਇਹਦੇ ਨਾਲ ਪੀ ਕੋਈ ਬੰਦਾ ਸਾਨੂੰ ਇਹ ਲਹਿਰ ਦੇ ਨਾਲ ਜੋੜ ਕੇ ਨਾ ਦੇਖੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇੱਕ ਸਟੇਟਮੈਂਟ ਦੇ ਦਿਓ ਤਾਂ ਨਹੀਂ ਨਹੀਂ ਉਹ ਜਿਹੜੀ ਮਾੜੀ ਮੋਟੀ ਆਸ ਹੈ ਨਾ ਵੀ ਇੱਕ ਦੋ ਪਰਸੈਂਟ ਫਾਇਦਾ ਹੋਣਾ ਉਹਦਾ ਨਾ ਕਿਤੇ ਨਾ ਕਿਤੇ ਜੁੜਿਆ ਰਹੇ ਨਾਲ ਜਾਂ ਨਾ ਵਿਰੋਧ ਕਰਨ ਦਾ ਉਹ ਵੀ ਛੱਡਣ ਨੂੰ ਤਿਆਰ ਨੀ ਤੇ ਬੰਦੇ ਨੂੰ ਕਹਿੰਦੇ ਸਾਰਾ ਕੁਛ ਤਿਆਗ ਦੋ ਮੈਨੂੰ ਨਾ ਬੈਠੇ ਬੈਠੇ ਦਿਮਾਗ ਚ ਗੱਲ ਆਈ ਮੈਂ ਕਿਹਾ ਵੀ ਜਿਵੇਂ ਬਾਦਲ ਨੀ ਹੈਗਾ ਪ੍ਰਕਾਸ਼ ਸਿੰਘ ਬਾਦਲ ਵੀ ਸਾਰੇ ਮਤਲਬ ਉੱਥੇ ਪਿੰਡ ਚ ਗੱਲ ਕਰਦੇ ਹੋਣੀ ਬੈਠੇ ਹੋ ਕਹਿੰਦੇ ਵੀ ਦੇਖ ਵੀ ਮੁੰਡਾ ਤਾਂ ਆਪਦਾ ਹੈਗਾ ਨਖਿੱਦ ਵੀ ਉਹਨੂੰ ਉੱਥੇ ਪਹੁੰਚਾਉਣ ਲਈ ਜਿੰਨੇ ਵੀ ਰਾਹ ਚ ਉਮੀਦਵਾਰ ਸੀ ਇੱਕ ਇੱਕ ਕਰਕੇ ਸਾਰਿਆਂ ਨੂੰ ਆਡੇ ਲਾਤਾ ਜਾਂ ਕੱਢਤਾ ਮਰਾਤਾ ਜੋ ਵੀ ਕਰਤਾ ਵੀ ਸਾਰਿਆਂ ਨੂੰ ਬਿਜ਼ੀ ਕਰਤਾ ਵੀ ਤਾਂ ਕਿ ਉਹ ਪੋਸਟ ਉਹਦੇ ਲਈ ਰਿਜ਼ਰਵ ਰਹੇ ਉਹ ਬਣਿਆ ਨੀ ਬਣਿਆ ਚੋ ਬਾਹਰ ਦੀ ਗੱਲ ਆ ਹੁਣ ਏਦਾਂ ਨੀ ਲੱਗਦਾ ਵੀ ਆਪਦਾ ਜਿਹੜਾ ਮੁੰਡਾ ਹੈਗਾ ਵਾ ਢੋਲਕੀ ਆ ਉਹਨੂੰ ਪੂਰਾ ਜੋ ਸਰਮਾਇਆ ਕਮਾਇਆ ਵਾ ਲਹਿਰ ਦੇ ਨਾਂ ਤੇ ਉਹਨੂੰ ਕੱਲੇ ਨੂੰ ਰਿਜ਼ਰਵ ਦੇਣ ਲਈ ਮਾਝੀ ਵੀ ਇੱਕ ਪਾਸੇ ਲਾਤਾ ਉਹ ਢਪਾਲੀ ਦਾ ਵੀ ਜਾ ਕੇ ਉਦਘਾਟਨ ਕਰਾਇਆ ਵੀ ਬਹੁਤ ਵਧੀਆ ਕੰਮ ਸ਼ੁਰੂ ਕਰ ਲਿਆ ਤੇ ਆਪਦਾ ਸਾਰੇ ਬੰਦੇ ਫੀਲਡ ਚੋ ਬਾਹਰ ਆ ਪੰਥ ਪੀ ਤੋਂ ਬਾਅਦ ਜੋ ਕਿ ਦਾਵੇਦਾਰ ਬੱਚੇ ਤੋਂ ਆਪਦਾ ਮੁੰਡਾ ਹੀ ਆ ਹੋਰ ਕੋਈ ਵੈਸੇ ਵੀ ਜਿਹੜਾ ਜੀ ਟਰਸਟ ਬਣਨਾ ਉਹਦੇ ਚ ਇਹੀ ਹੋਣਾ ਪੀ ਇਹਦਾ ਇਹਦੀ ਨੂੰਹ ਹੋਣੀ ਆ ਮੁੰਡਾ ਹੋਣਾ ਆ ਮੇਰੇ ਨਾਲ ਕੁਛ ਨੀ ਗਾਹਾਂ ਪੋਤਾ ਹੋਣਾ ਆ ਦੇਖੋ ਇੱਕ ਗੱਲ ਸਰੋਤਿਆਂ ਨੂੰ ਹੋਰ ਬੇਨਤੀ ਆ ਭਾਈ ਜੇ ਕਿਸੇ ਕੋਲ ਟਾਈਮ ਹੋਵੇ ਤਾਂ ਸੋਹਣ ਸਿੰਘ ਸੀਤਲ ਦੀ ਲਿਖੀ ਹੋਈ ਸਿੱਖ ਰਾਜ ਕਿਵੇਂ ਗਿਆ ਉਹ ਪੜ੍ਹ ਲਿਓ ਠੀਕ ਹੈ ਜੀ ਉਹਦੇ ਵਿਚ ਜਿਹੜੀਆਂ ਚਾਲਾਂ ਡੋਗਰਿਆਂ ਨੇ ਚੱਲੀਆਂ ਨਾ ਜੋ ਕੁਛ ਕੀਤਾ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੂੰ ਪੱਟੀ ਪੜਾ ਕੇ ਸਾਰਾ ਕੁਛ ਕਰਿਆ ਉਹ ਤੁਸੀਂ ਪੜ੍ਹ ਕੇ ਤੁਹਾਨੂੰ ਪਤਾ ਲੱਗ ਜੂਗਾ ਪੀ ਅੱਜ ਪੰਥ ਫਰੀਦ ਕਿੱਦਾਂ ਕਰ ਰਿਹਾ ਕੌਮ ਦਾ ਧਾਨ ਖਾ ਕੇ ਇਹ ਬੰਦੇ ਕਹਿੰਦੇ ਆ ਪੀ ਫਲਾਨਾ ਡੇਰੇਦਾਰ ਆ ਫਲਾਨਾ ਸਾਧ ਆ ਇਹ ਬੰਦੇ ਜਿੰਨਾ ਚਿਰ ਇਹ ਆਪਣਾ ਚਲੋ ਇਹਨੇ ਤਾਂ ਕਰ ਦਿੱਤਾ ਪਬਲਿਕ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਧੁੰਦੇ ਹੋਣੀ ਕਿੱਦਾਂ ਕਿੰਨੇ ਕਰੋੜਾਂ ਸਾਂਭ ਕੇ ਬੈਠੇ ਹੋਣੇ ਆ ਉਹ ਬੰਦੇ ਅੰਦਰੋਂ ਜੀਣ ਵਾਲੇ ਹੋਣੀ ਸ਼ਰਮ ਆਉਂਦੀ ਆ ਸਾਨੂੰ ਜਦੋਂ ਇੰਨੇ ਸਮਝਦਾਰ ਬੰਦੇ ਕਹਿੰਦੇ ਆ ਵੀ ਢੱਡਰੇ ਵਾਲਾ ਚੇਂਜ ਨੀ ਹੋਇਆ ਜੀ ਉਹ ਸਾਦਾ ਹੀ ਆ ਲਾਣ ਤੇ ਆ ਤੁਹਾਡੇ ਯਾਰ ਉੱਥੇ 10,000 8,000 5,000 ਬੰਦਾ ਰੋਜ਼ ਲੰਗਰ ਛਕਦਾ ਹੋਵੇ ਠੀਕ ਆ ਤੇ ਤੁਸੀਂ ਉਸੇ ਪੱਧਰ ਦਾ ਪੈਸਾ ਲਿਜਾ ਕੇ ਨੱਪ ਕੇ ਬੈਠੇ ਹੋਵੋ ਤੇ ਤੁਸੀਂ ਉਹਨੂੰ ਸਾਧ ਦੱਸੋ ਅਸਲੀ ਡੇਰੇਦਾਰ ਤੁਸੀਂ ਆ ਹਾਂ ਵੀ ਜਿੰਨੀ ਤੁਸੀਂ ਹਮੇਸ਼ਾ ਇਹ ਗੱਲ ਕਰਦੇ ਜਿਹੜੇ ਵੀ ਜਿਉਣ ਵਾਲੇ ਹੈਗੇ ਉਹਨਾਂ ਦੀ ਵੀ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਆ ਪਰ ਇੱਥੇ ਆ ਕੇ ਫਿਰ ਉਹ ਵੀ ਏਦਾਂ ਹੀ ਟੱਪਲਾ ਖਾਈ ਜਾਂਦੇ ਬਸ ਉਹ ਜਿਹੜੀ ਪੱਖਪਾਤੀ ਵਰਤੀ ਆ ਤੁਹਾਡੀ ਠੀਕ ਆ ਜਿਹੜੀ ਉਹ ਸਵਾਰਥ ਵਿੱਚੋਂ ਉਪਜਦੀ ਆ ਮਿਹਨਤੀ ਮਿਹਨਤੀ ਹੋਣ ਤੇ ਕੋਈ ਸ਼ੱਕ ਨੀ ਜਿਹੜਾ ਬੰਦਾ ਮਿਹਨਤੀ ਆ ਉਹ ਜੇ ਸਵਾਰਥੀ ਹੋਵੇ ਫਿਰ ਕੀ ਹੋਊਗਾ ਫਿਰ ਪੱਖਪਾਤੀ ਹੋਊਗਾ ਉਹ ਆਪਣਿਆਂ ਦਾ ਪੱਖ ਪੂਰੂਗਾ ਉਹ ਠੀਕ ਆ ਠੀਕ ਆ